ਅਸਲਾਮ ਵਾਲੇਕੁਮ ਦੋਸਤੋ, ਕੀ ਹਾਲ ਚਾਲ ਹੈ ਜਨਾਬ? ਠੀਕ ਠਾਕ ਹੋ? ਸਿਹਤਾਂ ਤਬੀਤਾਂ ਜੋ ਜਾ ਨੇ। ਲਓ ਹਾਂ ਵੀਰ ਜੀ, ਐਨਾ ਕਬੂਤਰ ਦੇਖਿਓ, ਮੁਕੰਮਲ ਸ਼ੋਅ ਕਰਾਇਓ। ਇਹ ਗੁਜਰਾਤ ਵਾਲੇ ਕਬੂਤਰਾਂ ਵਿੱਚੋਂ ਮੈਂ ਰੱਖੇ ਸਨ ਇੱਕ ਦੋਸਤ ਭਾਈ ਵਾਸਤੇ 10 ਕਬੂਤਰ, ਫਿਰ ਆਪਣੀ ਸਲਾਹ ਬਣ ਗਈ। ਅੱਜ ਫਿਰ ਮੈਂ ਇੱਕ ਹੋਰ ਭਾਈ ਵਾਸਤੇ ਕੱਢੇ, ਉਸਨੂੰ ਉਹਨਾਂ ਨੇ ਇਹ ਪੱਠੀਆਂ ਪੱਠੇ ਲੈ ਲੈਣ। ਇਹ ਮੈਂ ਚਲੋ ਅੱਜ ਭਰਾਵਾਂ ਨੂੰ ਸ਼ੋਅ ਕਰਵਾਈਏ ਤਾਂ ਦਈਏ ਨੇ, ਕਿਉਂਕਿ ਅੱਜ ਮੈਂ ਖੁੱਡੇ 'ਚੋਂ ਕੱਢ ਲਏ। ਮੈਂ ਆਪਣੇ ਖੁੱਡੇ ਵੀ ਸੱਟੇ ਸਨ, ਬੜੇ ਤਗੜੇ ਕਬੂਤਰ ਹਨ, ਕਿਉਂਕਿ ਮੈਂ ਅੱਗੋਂ ਭਾਈ ਛੱਤ ਬਣਾਉਣੀ ਤਾਂ ਮੈਂ ਇਹੋ ਜਿਹੇ ਕਬੂਤਰ ਕੱਢਦਾ ਜੇ ਉਡਾਉਣ ਵਾਸਤੇ। ਇਹ ਉਡਾਉਣ ਵਾਸਤੇ ਕਿਉਂਕਿ ਮੈਂ ਛੱਤ ਅੱਗੋਂ ਨਵੀਂ ਬਣਾਉਣੀ ਸੀ। ਇੱਕ ਕਹਿੰਦਾ ਭਾਈ ਇਹ ਛੋੜੋ, ਜਗ੍ਹਾ ਆਪਣੀ ਲਵਾਂਗੇ ਅੱਗੇ, ਇਤਨੀ ਮਿਹਨਤ ਕਰਕੇ ਤਾਂ ਫਿਰ ਕਬੂਤਰ ਦੇਣੇ ਪੈ ਗਏ। ਉਹ ਦਿੱਤੇ ਸਨ ਮੋਹਸਨ ਭਾਈ ਨੂੰ, ਅੱਲਾਹ ਤਾਲਾ ਉਹਨਾਂ ਦੇ ਨਸੀਬ ਕਰਨ। ਇਹ ਕਬੂਤਰ ਨੇ ਵੀਰ ਜੀ ਪੱਕੇ ਸਟੈਂਪਾਂ ਵਾਲੇ ਕਬੂਤਰ ਹਨ, ਮਾਸ਼ਾਅੱਲਾ। ਅੱਗੋਂ ਕੱਲ੍ਹ ਨੂੰ ਕੀ ਕਰਦੇ ਨੇ ਇਹ ਤਾਂ ਵੱਲਾ ਆਲਮ ਰੱਬ ਜਾਣਦਾ, ਅਸੀਂ ਕਿਹੜਾ ਕੋਈ ਡਾਇਨ। ਮੈਂ ਕਿਸੇ ਨੂੰ 100% ਤਾਂ ਗਰੰਟੀ ਨਹੀਂ ਦੇ ਸਕਦਾ, ਲੇਕਿਨ ਕੱਢੇ ਆਪਣੀ ਸਮਝ ਦੇ ਮੁਤਾਬਕ ਕਹਿੰਦੇ। ਗੁਜਰਾਤ ਵਾਲਿਆਂ ਵਿੱਚੋਂ ਕੁਝ ਕੱਢੇ ਨੇ, ਕੁਝ ਕਬੂਤਰ ਇੱਥੋਂ ਇੱਕ ਹੋਰ ਗੇਮ ਲਈ ਸੀ ਜੋੜਿਆਂ ਲਈ, ਉਹਨਾਂ ਵਿੱਚੋਂ ਮੈਂ ਕਬੂਤਰ ਕੱਢੇ ਸਨ ਉਡਾਉਣ ਵਾਸਤੇ। ਹੁਣ ਇਹ ਦੇਖੋ ਮਾਸ਼ਾਅੱਲਾ, ਇਹ ਕਬੂਤਰ ਨੇ ਜਿਹੜੇ ਭਾਈ ਦਵਾਈ ਵੀ ਮੰਨ ਜਾਂਦੇ ਨੇ। ਅਤੇ ਇਹ ਵੇਖੋ ਮਾਸ਼ਾਅੱਲਾ, 10 ਪੀਸ ਨੇ। ਅਗਰ ਕਿਸੇ ਭਾਈ ਨੂੰ ਸਮਝ ਆਉਂਦੇ ਹੋਣ, ਫਾਈਨਲ 9000 ਰੁਪਏ ਦੇ ਮਿਲ ਜਾਣਗੇ ਭਾਈ, 900 ਰੁਪਏ ਪਰ। ਜਿਸ ਨੂੰ ਸਮਝ ਆਏ ਠੀਕ ਹੈ, ਨਾ ਸਮਝ ਆਏ ਭਾਈਆਂ ਦੀ ਫਿਰ ਆਪਣੀ ਚੁਆਇਸ ਹੈ। ਇਹ ਦੇਖੋ ਮਾਸ਼ਾਅੱਲਾ, ਇਹਨਾਂ ਦਾ ਮਾਰੋ। ਇਹਦੇ ਨਾਲ ਦਾ ਇੱਕ ਕਬੂਤਰ ਵੀ ਕੱਢਿਆ ਸੀ, ਪੱਟੇ ਉੱਧਰ, ਚਲੋ ਉਹਨੂੰ ਫਿਰ ਪੱਟੇ ਲੈਣ ਜਾਓ। ਇਹ ਵੇਖੋ ਵੀਰ ਜੀ, 10 ਪੀਸ ਨੇ, 9000 ਰੁਪਏ ਦੇ ਨੇ। ਜਿਸ ਭਾਈ ਨੂੰ ਸਮਝ ਆਉਣ ਉਹ ਮੇਰੇ ਨਾਲ ਰਾਬਤਾ ਕਰ ਲਵੇ। ਇਹ ਤਾਂ ਜੋੜਿਆਂ ਵਾਲਿਆਂ ਵਿੱਚ ਨਹੀਂ ਸੀ ਕਬੂਤਰ, ਉਹ ਜਿਹੜੇ ਉਹ ਆਏ ਸਨ 16 ਜੋੜੇ। ਅੱਛਾ ਅੱਛਾ, ਉਹ ਜਿਹੜੇ ਜੁਨੇਦ ਲੈ ਕੇ ਆਇਆ ਸੀ। ਇਹ ਪੱਠੀ ਲਾਹੌਰ ਵਾਲਿਆਂ 'ਚੋਂ ਹੈ ਨਾ? ਇਹ ਪੱਠੀ ਵੀ ਲਾਹੌਰ ਵਾਲਿਆਂ 'ਚੋਂ ਹੈ, ਅਤੇ ਮੇਰੇ ਖਿਆਲ ਨਾਲ ਉਹ ਪੱਠਾ ਵੀ ਲਾਹੌਰ ਵਾਲਿਆਂ 'ਚੋਂ ਹੈ। ਚਲੋ ਜੀ ਭਾਈ, ਜਿਸ ਭਾਈ ਨੂੰ ਸਮਝ ਆਉਣ ਮੇਰੇ ਨਾਲ ਰਾਬਤਾ ਕਰ ਲਵੇ, ਉਹ ਇਜਾਜ਼ਤ ਦਿਓ। ਅੱਲਾਹ ਹਾਫਿਜ਼।